ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। हेलो एवरीवन, आज से दिए गए क्वेश्चन से इनवर्स फाइंड करना है। ऐसे दिए गए मैट्रिक्स का जेकर एग्जिस्ट करता हो सो सब तो पहले ऐसे दिए गए मैट्रिक्स को लेट कर लेते हैं ए। सो मैट्रिक्स ए किधर इक्वल है 1-1, 2, 0, 2-3, 3-2, 4। हूँ ए इनवर्स एग्जिस्ट करने की कंडीशन ये होती है कि ए इनवर्स एग्जिस्ट ता करता है जेकर साढ़े को ए डिटरमीनेंट की वैल्यू जो है ਉਹ ਜ਼ੀਰੋ ਦੇ ਇਕੁਅਲ ਨਾ ਹੋਵੇ। ਸਭ ਤੋਂ ਪਹਿਲਾਂ ਕੀ ਕਰਦੇ ਹਾਂ ਕਿ ਅਸੀਂ ਏ ਡਿਟਰਮੀਨੈਂਟ ਦੀ ਵੈਲਿਊ ਡਿਟਰਮਾਈਨ ਕਰ ਲੈਂਦੇ ਹਾਂ। ਸੋ ਇੱਥੇ ਏ ਡਿਟਰਮੀਨੈਂਟ ਕਿੰਨਾ ਆ ਜਾਏਗਾ 1-1, 2, 0, 2-3, 3-2, 4। ਸੋ ਡਿਟਰਮੀਨੈਂਟ ਸੋਲਵ ਕਰਕੇ ਸਾਡੇ ਕੋਲ ਕਿੰਨਾ ਆ ਗਿਆ। ਅਸੀਂ ਕੀ ਕਰਦੇ ਹਾਂ ਕਿ ਫਸਟ ਰੋ ਦੇ ਕੋਰਸਪੋਂਡਿੰਗ ਐਕਸਪੈਂਡ ਕਰਵਾ ਲੈਂਦੇ ਹਾਂ। ਸੋ 1 ਦੇ ਕੋਰਸਪੋਂਡਿੰਗ ਪਹਿਲਾਂ ਕਰਵਾਵਾਂਗੇ ਤਾਂ ਕਿੰਨਾ ਆ ਜਾਏਗਾ 2-3 -2, 4। नेक्स्ट -1, 0-3, 3-4, 0-3, 3-4 एंड लास्ट +2 ਦੇ ਕੋਰਸਪੋਂਡਿੰਗ ਕਰਵਾਵਾਂਗੇ। ਸੋ ਇਹਦੇ ਕਿੰਨਾ ਆ ਜਾਏਗਾ 0-2, 3-2, 0-2, 3-2। ਹੁਣ ਡਿਟਰਮੀਨੈਂਟਸ ਨੂੰ ਓਪਨ ਵੀ ਕਰ ਲਈਏ। ਸੋ 1 × 2 ਕਿੰਨਾ ਆ ਗਿਆ ਇੱਥੇ 8-6। ਸੋ 1 × 2 ਫਿਰ ਨੈਕਸਟ ਕਿੰਨਾ ਆ ਗਿਆ +1 ਬਿਕੋਜ਼ -, +, ਹੋ ਗਿਆ ਐਂਡ 0+9, 0+9 ਇਹ ਕਿੰਨਾ ਹੋ ਗਿਆ 9। ਲਾਸਟ +2 × -6। ਸੋ ਇਹ ਸੋਲਵ ਕਰਕੇ ਆ ਗਿਆ -1 ਦੇ ਇਕੁਅਲ, ਜੋ ਸ਼ੋਰਲੀ 0 ਦੇ ਇਕੁਅਲ ਤਾਂ ਨਹੀਂ ਹੈ। ਸਾਡੇ ਕੋਲ ਏ ਡਿਟਰਮੀਨੈਂਟ 0 ਦੇ ਇਕੁਅਲ ਨਹੀਂ ਆ ਰਿਹਾ, ਇਟ ਮੀਨਸ ਏ ਇਨਵਰਸ ਤਾਂ ਐਗਜ਼ਿਸਟ ਕਰੇਗਾ। ਥੇਅਰਫੋਰ ਏ ਇਨਵਰਸ ਤਾਂ ਐਗਜ਼ਿਸਟ ਕਰੇਗਾ। ਜੇਕਰ ਕਰੇਗਾ ਐਗਜ਼ਿਸਟ ਤਾਂ ਉਹਦੀ ਵੈਲਿਊ ਅਸੀਂ ਲੱਭ ਲਵਾਂਗੇ। ਸੋ ਵੈਲਿਊ ਲੱਭਣ ਦੇ ਲਈ ਸਭ ਤੋਂ ਪਹਿਲਾਂ ਸਾਡੇ ਕੋਲ ਕੋਫੈਕਟਰਸ ਲੱਭਣੇ ਜ਼ਰੂਰੀ ਨੇ। ਕੋਫੈਕਟਰਸ ਜੋ ਨੇ ਉਹ ਕੀ ਹੁੰਦੇ ਨੇ? ਕੋਫੈਕਟਰਸ ਅਸੀਂ ਲੱਭੀਦੇ ਨੇ ਮੈਟ੍ਰਿਕਸ ਦੇ ਐਲੀਮੈਂਟਸ ਦੇ ਕੋਰਸਪੋਂਡਿੰਗ। ਕੋਈ ਵੀ ਐਲੀਮੈਂਟ ਏ ਆਈ ਜੇ ਹੈ ਉਹਦੇ ਕੋਰਸਪੋਂਡਿੰਗ ਕੋਫੈਕਟਰ ਰੀਪ੍ਰੈਜ਼ੈਂਟ ਕਰੀਦੇ ਨੇ ਕੈਪੀਟਲ ਏ ਆਈ ਜੇ ਦੇ ਨਾਲ। ਇਹਦਾ ਫਾਰਮੂਲਾ ਕੀ ਹੁੰਦਾ ਹੈ? -1 raised to power i + j × -i j। ਫੋਰ ਐਗਜ਼ਾਮਪਲ, ਜਿਵੇਂ ਅਸੀਂ 1-1 ਫਸਟ ਐਲੀਮੈਂਟ ਤੇ ਜਿਵੇਂ 1 ਦੇ ਕੋਰਸਪੋਂਡਿੰਗ ਲੱਭਣਾ ਹੈ, ਸੋ ਇਹਦਾ ਕੀ ਬਣ ਜਾਏਗਾ? -1 raised to power 1 + 1 ਕਿੰਨਾ ਹੋ ਗਿਆ 2। ਸੋ ਨਾਲ m 1 1। ਸੋ ਸਾਡੇ ਕੋਲ ਇੱਥੇ ਕੋਫੈਕਟਰਸ ਦੇ ਲਈ ਜੋ ਮੈਟ੍ਰਿਕਸ ਬਣ ਜਾਏਗਾ ਉਹ ਇਸ ਤਰੀਕੇ ਦਾ a11 a12 a13। ਸਿਮੀਲਰਲੀ ਦੂਸਰੇ ਵੀ ਲਿਖ ਲੈਂਦੇ ਹਾਂ 2-1, 2-2, 2-3 ਐਂਡ ਲਾਸਟ 3-1, a32 ਐਂਡ a33। ਕਲੀਅਰਲੀ ਅਸੀਂ ਇੱਥੇ ਦੇਖ ਸਕਦੇ ਹਾਂ ਕਿ ਜਦੋਂ ਸਾਡੇ ਕੋਲ a11 ਹੈ, ਹੁਣ ਇਹਦੇ ਵਾਸਤੇ -1 raised to power 1 + 1 ਆ ਜਾਏਗਾ। ਸੋ ਜਦੋਂ ਪਾਵਰ -1 ਦੀ ਪਾਵਰ ਈਵਨ ਹੋਏਗੀ, ਸੋ ਉਹਦੇ ਕੋਰਸਪੋਂਡਿੰਗ ਸਾਡੇ ਕੋਲ ਪੋਜ਼ਿਟਿਵ ਚ ਆ ਜਾਏਗਾ ਕੋਫੈਕਟਰ। ਸੋ ਪਹਿਲਾ ਕੋਫੈਕਟਰ ਪੋਜ਼ਿਟਿਵ ਆ ਜਾਏਗਾ, ਸੈਕਿੰਡ ਦੀ ਪਾਵਰ ਔਡ ਹੈ ਸੋ ਨੈਗੇਟਿਵ ਚ, ਅਗੇਨ ਪੋਜ਼ਿਟਿਵ ਚ ਬਿਕੋਜ਼ ਈਵਨ ਹੈ। ਨੈਕਸਟ ਨੈਗੇਟਿਵ, ਪੋਜ਼ਿਟਿਵ, ਨੈਗੇਟਿਵ ਬਿਕੋਜ਼ ਇੱਥੇ ਕੀ ਹੈ? ਔਡ ਪਾਵਰ ਹੈ। ਫਿਰ ਪੋਜ਼ਿਟਿਵ, ਨੈਗੇਟਿਵ ਐਂਡ ਪੋਜ਼ਿਟਿਵ। ਸੋ ਸਾਈਨ ਕਿਵੇਂ ਆਣਗੇ? ਫਸਟ ਰੋ ਦੇ ਕੋਰਸਪੋਂਡਿੰਗ ਪੋਜ਼ਿਟਿਵ ਨੈਗੇਟਿਵ ਪੋਜ਼ਿਟਿਵ, ਸੈਕਿੰਡ ਦੇ ਨੈਗੇਟਿਵ ਪੋਜ਼ਿਟਿਵ ਨੈਗੇਟਿਵ ਐਂਡ ਪੋਜ਼ਿਟਿਵ ਨੈਗੇਟਿਵ ਪੋਜ਼ਿਟਿਵ, ਥਰਡ ਰੋ ਦੇ ਕੋਰਸਪੋਂਡਿੰਗ। ਹੁਣ ਸਭ ਤੋਂ ਪਹਿਲਾਂ ਅਸੀਂ ਡਿਟਰਮਾਈਨ ਕਰ ਲੈਂਦੇ ਹਾਂ ਫਸਟ ਰੋ ਦੇ ਕੋਰਸਪੋਂਡਿੰਗ। ਫਸਟ ਰੋ ਦੇ ਕੋਰਸਪੋਂਡਿੰਗ ਕੀ ਆ ਜਾਣਗੇ? ਪੋਜ਼ਿਟਿਵ, ਨੈਗੇਟਿਵ, ਪੋਜ਼ਿਟਿਵ। ਪਹਿਲਾ ਐਲੀਮੈਂਟ ਕੀ ਹੈ? 1। ਸੋ ਫਸਟ ਰੋ ਤੇ ਫਸਟ ਕਾਲਮ ਕੰਸੀਡਰ ਨਹੀਂ ਕਰਨਾ ਮਾਈਨਰ ਕੱਢਣ ਦੇ ਲਈ, ਬਿਕੋਜ਼ ਮਾਈਨਰ ਨਿਕਾਲਣਾ ਹੈ। ਹੁਣ ਫਸਟ ਰੋ ਤੇ ਫਸਟ ਕਾਲਮ ਕੰਸੀਡਰ ਨਹੀਂ ਕਰਨਾ, ਸੋ ਅੰਦਰ ਐਲੀਮੈਂਟਸ ਰਹਿ ਜਾਣਗੇ 2-3, -2, 4। ਨੈਕਸਟ ਫਸਟ ਰੋ ਤੇ ਸੈਕਿੰਡ ਕਾਲਮ ਨਹੀਂ ਕਰਨਾ, ਸੋ 0-3, 3-4,
जीरो माइनस थ्री, थ्री फोर, लास्ट टू दे कॉरेस्पॉन्डिंग की आ जाएगा जीरो टू थ्री माइनस टू। सिमिलरली सेकेंड रो का भी निकाल लिए, हूँ सेकेंड रो दे विच देख सकते हाँ सी फर्स्ट एलिमेंट की है जीरो, सो जीरो दे कॉरेस्पॉन्डिंग की आ जाएगा जो साढ़े को फर्स्ट कॉलम है एंड सेकेंड रो है, ए नहीं आएगी माइनस वन टू माइनस टू फोर, माइनस वन टू माइनस टू फोर। नेक्स्ट टू दे कॉरेस्पॉन्डिंग सेकेंड रो सेकेंड कॉलम नहीं आएगा वन टू थ्री फोर। लास्ट फोर दे कॉरेस्पॉन्डिंग सॉरी माइनस थ्री दे कॉरेस्पॉन्डिंग सेकेंड रो एंड थर्ड कॉलम नहीं आएगा, सो वन माइनस वन थ्री माइनस टू। थर्ड रो का भी देख लेते हैं सिमिलर, थर्ड रो दे कॉरेस्पॉन्डिंग पहला एलिमेंट है थ्री, सो ये साढ़े को थर्ड रो ते फर्स्ट कॉलम नहीं आएगा, सो माइनस वन टू टू माइनस थ्री। नेक्स्ट माइनस टू दे कॉरेस्पॉन्डिंग साढ़े को इतने थर्ड रो नहीं आएगी तो सेकेंड कॉलम नहीं आएगा, सो किना बन जाएगा साढ़े को वन टू जीरो माइनस थ्री, लिख देते हाँ वन टू जीरो माइनस थ्री एंड लास्ट फोर दे कॉरेस्पॉन्डिंग किना आ जाएगा वन माइनस वन जीरो। की करिए कि ये जो साढ़े को आए ने को फैक्टर से इन्हों असी सॉल्व भी कर लेने हाँ, सो सॉल्व करके जो साढ़े को रिजल्ट आएगा वो साढ़े को आ जाएगा को फैक्टर पहला साइन है पॉजिटिव दे नाल, सो टू फोर जार एट माइनस सिक्स ये आ गया टू, नेक्स्ट माइनस साइन दे नाल ये आ जाएगा माइनस ऑफ नाइन, नेक्स्ट कि ना आ जाएगा प्लस का साइन बार है ये आ जाएगा माइनस ऑफ सिक्स। नेक्स्ट भी लिख देख लिए माइनस साइन बार है माइनस फोर प्लस फोर सो जीरो, नेक्स्ट प्लस साइन दे नाल फोर माइनस सिक्स सो माइनस ऑफ टू एंड लास्ट माइनस साइन दे नाल माइनस टू प्लस ऑफ थ्री, सो जीरो माइनस टू नेक्स्ट की आ जाएगा माइनस साइन दे नाल वन इंटू माइनस टू माइनस टू एंड प्लस ऑफ थ्री, सो ये आ जाएगा माइनस वन एंड लास्ट रह गया साढ़े को माइनस वन बिकॉज माइनस वन इंटू थ्री थ्री माइनस फोर माइनस वन माइनस माइनस ऑफ थ्री, सो ये कितना आ जाएगा थ्री एंड लास्ट प्लस साइन दे नाल माइनस ऑफ टू, सो वन इंटू इतने साढ़े को प्लस का टू आना है, सो इतने प्लस का टू आ जाएगा वन माइनस वन एंड जीरो टू, सो प्लस का टू आना है सो इतने टू आ जाएगा। को फैक्टर असं लिखे ने इन्हों की मैट्रिक्स फॉर्म लिख दई है, सो की आ जाएगी टू माइनस नाइन माइनस ऑफ सिक्स जीरो माइनस टू माइनस वन थ्री टू। हूँ नैक्सट असं कटना है एट जॉइंट ए, एट जॉइंट ए की हो जाएगा ये सारे को फैक्टर वाले मैट्रिक्स का ट्रांसपोज, सो एट जॉइंट ए की वैल्यू कितनी आ जाएगी, हेयर एट जॉइंट ए इक्वल्स टू ये सारे मैट्रिक्स का ट्रांसपोज करना है, सो रो कॉलम से चेंज हो जाएगी एंड कॉलम रो च, सो टू जीरो माइनस वन माइनस नाइन माइनस टू थ्री माइनस सिक्स माइनस वन टू। हूँ नेक्स्ट ए इनवर्स निकालना है, ए इनवर्स का फॉर्मूला होंगे साढ़े को नाओ ए इनवर्स इज इक्वल टू वन अपॉन डिटरमीनेंट ए इंटू एट जॉइंट ऑफ ए, सो डिटरमीनेंट ए की वैल्यू असी स्टार्टिंग से निकाली सी आई सी माइनस वन, सो माइनस वन साइन के नाल टू जीरो माइनस वन माइनस नाइन माइनस टू थ्री एंड माइनस सिक्स माइनस वन टू, अंदर माइनस साइन के नाल मल्टीप्लाई भी करवा दिए, सो ए इनवर्स की वैल्यू कितनी हो जाएगी माइनस टू जीरो वन नाइन टू माइनस थ्री सिक्स वन
माइनस टू, सो ए आ गई साढ़े को ए इनवर्स की वैल्यू। थैंक यू।